ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਂਥ, ਐਸ ਪੀ ਹੈਲਥ ਕੇਅਰ ਸੈਂਟਰ ਬਰਨਾਲਾ ਤੋਂ ਜੀ, ਆਪ ਜੀ ਦਾ ਪਠਾਨਕੋਟ। ਧੰਨਵਾਦ ਦੋਸਤੋ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਜਿਨ੍ਹਾਂ ਦੇ ਤਕਰੀਬਨ ਗਲਾ ਭਾਰਾ ਰਹਿੰਦਾ, ਗਲੇ 'ਚ ਖਰਾਸ਼ ਰਹਿੰਦੀ ਆ, ਗਲੇ 'ਚ ਦਰਦ ਰਹਿੰਦਾ, ਬੋਲ ਘੱਗਾ ਹੋ ਚੁੱਕਿਆ, ਪਾਣੀ ਪੀਣਾ ਵੀ ਨੰਘਾਉਣਾ ਵੀ ਮੁਸ਼ਕਲ ਹੋ ਗਿਆ। ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਕਣਕ ਦੀ ਕਟਿੰਗ ਹੋਣ ਕਰਕੇ ਧੂੜ ਕਣ ਮਿੱਟੀ ਗਰਦ ਗੱਪਾ ਤੂੜੀ ਦੀ ਗਰਦ ਬਹੁਤ ਜ਼ਿਆਦਾ ਉੱਡ ਰਹੀ ਹੈ। ਬਿਮਾਰੀ ਨੂੰ ਪੈਦਾ ਹੋਣ ਤੋਂ ਕਿਵੇਂ ਰੋਕ ਲਾ ਸਕਦੇ ਹਾਂ, ਕਿਵੇਂ ਅਸੀਂ ਸੌਖੇ ਰਹਿ ਸਕਦੇ ਹਾਂ? ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦਾ ਇੱਕੋ ਇੱਕ ਮਕਸਦ ਇਹ ਹੈ ਵੀ ਆਪਾਂ ਫਾਲਤੂ ਦੀਆਂ ਦਵਾਈਆਂ, ਫਾਲਤੂ ਦੇ ਐਂਟੀਬਾਇਓਟਿਕ, ਫਾਲਤੂ ਦੇ ਇੰਜੈਕਸ਼ਨ ਲੱਗਣ ਤੋਂ ਅਤੇ ਆਪਣੀ ਸਿਹਤ ਨੂੰ ਬਿਮਾਰ ਹੋਣ ਤੋਂ ਬਚਾ ਸਕੀਏ। ਅਤੇ ਉਮੀਦ ਹੈ ਵੀ ਜੇ ਤੁਸੀਂ ਇਸ ਨੂੰ ਧਿਆਨ ਨਾਲ ਸੁਣਗੇ ਤਾਂ ਤੁਸੀਂ ਕਾਫੀ ਹੱਦ ਤੱਕ ਇਸ ਬਿਮਾਰੀ ਦੀ ਗ੍ਰਿਫਤ 'ਚ ਆਉਣ ਤੋਂ ਬਚ ਜਾਓਗੇ। ਕਿਉਂਕਿ ਮੌਸਮ ਬਦਲ ਰਿਹਾ, ਸਰਦੀ ਤੋਂ ਗਰਮੀ ਇੱਕਦਮ ਹੋ ਰਹੀ ਆ, ਗਰਮੀ ਦੇ ਵਿੱਚ ਕਟਿੰਗ ਤੁਹਾਨੂੰ ਪਤਾ ਹੀ ਆ ਵੀ ਇਹ ਫਸਲ ਦੀ ਹੋਣੀ ਹੁੰਦੀ ਹੈ ਕਿਉਂਕਿ ਰੁੱਤ ਹੈ। ਅਤੇ ਇਹਦੇ ਵਿੱਚ ਜਿਹੜੀ ਗਰਮੀ ਪੈ ਰਹੀ ਆ ਉਹ ਗਰਮੀ ਵੀ ਇੱਕਦਮ ਹੁਣ ਜ਼ਿਆਦਾ ਪੈਣ ਕਰਕੇ ਆਪਾਂ ਨੂੰ ਪਿਆਸ ਲੱਗਦੀ ਆ, ਪਿਆਸ ਦੇ ਵਿੱਚ ਇਸ ਕਦਰ ਪਿਆਸ ਲੱਗਦੀ ਹੈ ਵੀ ਆਪਾਂ ਨੂੰ ਠੰਡਾ ਪਾਣੀ ਪੀਣ ਨੂੰ ਮਨ ਕਰਦਾ। ਅਤੇ ਆਪਾਂ ਸਾਰੇ ਹੀ ਮਤਲਬ ਇੱਕਦਮ ਗਰਮੀ ਦੇ ਨਾਲ ਪੀੜਿਤ ਹੋਏ, ਸਰੀਰ ਚਾਹੁੰਦਾ ਵੀ ਠੰਡਾ ਪਾਣੀ ਅੰਦਰ ਜਾਏ। ਅਤੇ ਉਹ ਠੰਡਾ ਪਾਣੀ ਜਿਵੇਂ ਹੁਣ ਗਰਦ ਗੱਪਾ ਉੱਡੀ ਜਾ ਰਿਹਾ, ਤੂੜੀ ਦੇ ਧੂੜ ਕਣ ਮਿੱਟੀ ਉੱਡੀ ਜਾ ਰਹੀ ਹੈ, ਮਤਲਬ ਤਕਰੀਬਨ ਆਸਮਾਨ 'ਚ ਪੱਸੀ ਮਤਲਬ ਚੜ੍ਹੀ ਜਾ ਰਹੀ ਹੈ। ਇਹ ਪੇਸ਼ੈਂਟਾਂ ਨੂੰ ਜ਼ਿਆਦਾਤਰ ਰੈਸਪੀਰੇਟਰੀ ਸਿਸਟਮ ਦੀ ਪ੍ਰੋਬਲਮ ਰਹਿੰਦੀ ਆ, ਗੈਸ ਕਹਿ ਸਕਦੇ ਹਾਂ ਵੀ ਸਾਹ ਔਖਾ ਆ ਰਿਹਾ, ਪਹਿਲਾਂ ਹੀ ਬ੍ਰੌਂਕਾਈਟਸ ਦੀ ਪ੍ਰੋਬਲਮ ਹੈ, ਕੱਫ ਦੀ ਪ੍ਰੋਬਲਮ ਰਹਿੰਦੀ ਆ, ਅਲਰਜਿਕ ਰੈਸ਼ਨਾਈਟਿਸ ਦੀ ਪ੍ਰੋਬਲਮ ਆ ਕਈਆਂ ਨੂੰ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਜ਼ੁਕਾਮ, ਰੇਸਾ, ਨਜ਼ਲਾ। ਅਤੇ ਉਹ ਇਹਦੀ ਗ੍ਰਿਫਤ ਦੇ ਵਿੱਚ ਬਹੁਤ ਜਲਦੀ ਆਉਂਦੇ ਆ। ਅਤੇ ਜਿੱਦਾਂ ਹੁਣ ਆਮ ਬੰਦਾ ਅਤੇ ਇਹ ਇਨਸਾਨ ਇਸ ਤੋਂ ਬਚ ਕਿਵੇਂ ਸਕਦੇ ਆ, ਨਾ ਕਿਤੇ ਇਹ ਐਂਟਰ ਕਰ ਜਾਂਦੀ ਹੈ ਘਰਾਂ ਦੇ ਵਿੱਚ ਅਤੇ ਫਿਰ ਇਹ ਇੱਕਦਮ ਹੀ ਚੜ੍ਹਦੀ ਆ, ਜਿਹੜੀ ਇਮਿਊਨਾਈ ਸਿਸਟਮ ਡਾਊਨ ਹੁੰਦਾ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਹੈ। ਪ੍ਰੋਬਲਮ ਕ੍ਰੀਏਟ ਹੋਣ ਦੇ ਨਾਲ ਗਲੇ ਫੜਿਆ ਜਾਂਦਾ, ਬਲਗਮ ਬਣਦੀ ਹੈ, ਬੋਲਣ 'ਚ ਤਕਲੀਫ ਆਉਂਦੀ ਹੈ, ਆਵਾਜ਼ ਘੱਗੀ ਹੋ ਜਾਂਦੀ ਹੈ, ਖੰਘ ਮਤਲਬ ਜਿਹੜੀ ਜ਼ਿਆਦਾ ਤਕਲੀਫ ਕਰਦੀ ਹੈ, ਸਾਹ ਲੈਣ 'ਚ ਸਫੋਕੇਸ਼ਨ ਹੋਣ ਲੱਗ ਜਾਂਦੀ ਹੈ, ਸੁੱਤੇ ਪਿਆਂ ਦਾ ਦਮ ਰੁਕਣ ਲੱਗ ਜਾਂਦਾ। ਇੱਦਾਂ ਦੀਆਂ ਕੰਪਲੀਕੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਤੋਂ ਬਚਣ ਲਈ ਸੌਖਾ ਤਰੀਕਾ ਸਭ ਤੋਂ ਇਹ ਹੈ ਵੀ ਇੱਕ ਤਾਂ ਤੁਸੀਂ ਜਿੰਨੀ ਮਰਜ਼ੀ ਤੁਹਾਨੂੰ ਪਿਆਸ ਲੱਗੀ ਹੋਵੇ, ਪਾਣੀ ਤੁਸੀਂ ਨਿੱਘਾ ਤਾਜ਼ਾ ਪਾਣੀ ਹੀ ਫਿਲਟਰ ਦਾ ਪੀਓ। ਬਹੁਤ ਜ਼ਿਆਦਾ ਮਨ ਕਰਦਾ, ਤੁਹਾਡਾ ਸਰੀਰ ਦਰੁਸਤ ਆ, ਤੁਹਾਨੂੰ ਕਦੇ ਮਤਲਬ ਵੈਦਰ ਬਦਲਣ ਦੇ ਨਾਲ ਪ੍ਰੋਬਲਮ ਜ਼ਿਆਦਾ ਕ੍ਰੀਏਟ ਨਹੀਂ ਹੋਈ, ਤਾਂ ਤੁਸੀਂ ਜਿਹੜਾ ਹੈਗਾ ਥੋੜ੍ਹਾ ਕਹਿ ਸਕਦੇ ਹਾਂ ਤਾਜ਼ਾ ਪਾਣੀ, ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਕਹਿ ਸਕਦੇ ਹਾਂ ਵੀ ਆਪਾਂ ਜਿਹੜਾ ਠੰਡਾ ਪਾਣੀ ਤੁਸੀਂ ਮਿਕਸ ਕਰਕੇ ਮਤਲਬ ਪੀ ਸਕਦੇ ਹੋ ਜੇ ਤੁਹਾਡਾ ਬਹੁਤਾ ਮਨ ਕਰਦਾ, ਉਹ ਵੀ ਦਿਨ 'ਚ ਇੱਕ ਅੱਧੀ ਵਾਰ, ਖਾਸ ਕਰਕੇ ਆਹ 7 ਤੋਂ 10 ਦਿਨ ਜਿਹੜੇ ਆਹ ਦਿਨ ਚੱਲ ਰਹੇ ਆ। ਹੁਣ ਆਪਾਂ ਗੱਲ ਕਰੀਏ ਇਹਦਾ ਹੱਲ ਕੀ ਹੋਣਾ ਚਾਹੀਦਾ, ਦੇਸੀ ਹੱਲ। ਦੇਸੀ ਹੱਲ ਤੁਹਾਨੂੰ ਜਿਹੜਾ ਮੈਂ ਦੱਸਣ ਜਾ ਰਿਹਾ ਉਹਦੀ ਤੁਸੀਂ ਕੇਅਰ ਕਰੋਗੇ, ਗੌਰ ਕਰੋਗੇ ਤਾਂ ਤੁਸੀਂ ਮਤਲਬ ਘਰ ਬੈਠੇ ਹੀ ਕਾਰੀ ਐਸੇ ਨੇ ਜਿਨ੍ਹਾਂ ਦੇ ਨਾਲ ਅਸੀਂ ਮਤਲਬ ਘਰ ਤੋਂ ਨਿਕਲੇ ਤੋਂ ਬਿਨਾਂ ਨਹੀਂ ਸਰ ਸਕਦਾ, ਨਹੀਂ ਰਹਿ ਸਕਦੇ ਕਿਉਂਕਿ ਆਪਣੀ ਉਪਜੀਵਿਕਾ ਨਹੀਂ ਚੱਲਦੀ। ਤਾਂ ਉਹਦੇ ਵਿੱਚ ਕੀ ਹੈ ਵੀ ਹਰ ਰੋਜ਼ ਤੁਸੀਂ ਕੀ ਕਰਨਾ ਸ਼ੁਰੂ ਕਰ ਦਿਓ, ਇੱਕ ਤਾਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਪਾਣੀ ਤਾਜ਼ਾ ਪੀਣ ਦੀ ਆਦਤ ਬਣਾ ਲਓ। ਦੂਸਰਾ ਜਿਹੜਾ ਹੈਗਾ ਜਦੋਂ ਤੁਸੀਂ ਮਤਲਬ ਸ਼ਾਮ ਦੇ ਟਾਈਮ ਤਕਰੀਬਨ ਸੌਣਾ, ਸੌਣ ਤੋਂ ਪਹਿਲਾਂ ਜਦੋਂ ਕੰਮ 'ਤੇ ਆਪਾਂ ਮਤਲਬ ਘਰ ਵਾਪਸ ਚਲੇ ਗਏ, ਨਿੱਘੇ ਪਾਣੀ ਦੇ ਨਾਲ, ਤਾਜ਼ੇ ਪਾਣੀ ਦੇ ਨਾਲ ਮੂੰਹ ਧੋ ਕੇ, ਕੁਰਲੀ ਕਰਕੇ, ਦਾਤਨ ਬੁਰਸ਼ ਕਰਕੇ, ਜੋ ਵੀ ਕਰਨਾ ਤੁਸੀਂ, ਉਸ ਤੋਂ ਬਾਅਦ ਵਿੱਚ ਨਾ ਇੱਕ ਅੱਧਾ ਗਲਾਸ ਪਾਣੀ ਦਾ ਲੈ ਲਓ, ਅੱਧਾ ਗਲਾਸ ਪਾਣੀ ਦਾ, ਅੱਧਾ ਗਲਾਸ ਤਕਰੀਬਨ ਦੁੱਧ ਦਾ ਲੈ ਲੈਣਾ। ਉਹਦੇ ਵਿੱਚ ਤੁਸੀਂ ਮਲੱਠੀ ਤਕਰੀਬਨ 50-60 ਰੁਪਏ ਦੀ ਲਿਆ ਕੇ ਰੱਖੋ ਘਰ, ਮਤਲਬ ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਮਲੱਠੀ ਜਿਹੜੀ ਹੈਗੀ 2 ਗ੍ਰਾਮ ਦੇ ਕਰੀਬ ਤੁਸੀਂ ਵੇਲਣੇ ਦੇ ਨਾਲ ਚੰਗੀ ਤਰ੍ਹਾਂ ਮਤਲਬ ਕਹਿ ਲਿਓ ਕੁੱਟ ਲਓ, ਕੁੱਟ ਕੇ ਇੱਕ ਮਤਲਬ ਦਲਡਮਲਡ ਜਿਹੀ ਹੋ ਜਾਏਗੀ, ਉਹ ਡੱਕੇ ਜੇ ਬਣ ਜਾਣਗੇ ਜਿਹੜੇ ਮਤਲਬ ਉਹਦੇ ਖੁੱਲ੍ਹ ਜੇ ਜਾਏਗਾ, ਫਿਰ ਉਹਨੂੰ ਤੁਸੀਂ ਉਹ ਜਿਹੜਾ ਪਾਣੀ ਆ ਜਿਵੇਂ ਤੁਹਾਨੂੰ ਦੱਸਿਆ ਅੱਧਾ ਗਲਾਸ ਪਾਣੀ ਦਾ ਲਓਗੇ। ਕੋਸ਼ਿਸ਼ ਕਰੋ ਵੀ ਮਤਲਬ ਜੇ ਤੁਸੀਂ ਉਹਨੂੰ ਉਬਾਲ ਲਓ, ਜਿਵੇਂ 1.25 ਗਲਾਸ ਪਾਣੀ ਦਾ ਲੈ ਲਿਆ, ਉਹਦੇ ਵਿੱਚ ਮਲੱਠੀ ਪਾ ਲਓ ਅਤੇ ਧਾਗੇ ਵਾਲੀ ਮਿਸਰੀ ਲਓ 2 ਚਮਚੇ ਜਿਹਨੂੰ ਸ਼ੂਗਰ ਨਹੀਂ ਹੈ, ਉਹਦੇ ਵਿੱਚ ਪਾ ਲਓ, ਉਹਨੂੰ ਚੰਗੀ ਤਰ੍ਹਾਂ ਰਿੰਨ ਲਓ। ਰਿੰਨਣ ਤੋਂ ਬਾਅਦ ਤੁਸੀਂ ਖਿਆਲ ਕਰੋ ਵੀ ਮਤਲਬ ਤਕਰੀਬਨ ਜਿਹੜੀ ਮਲੱਠੀ ਆ ਉਹਦੇ ਪੱਤੇ ਜੇ ਪੁਣ ਦਿਓ, ਪੁਣ ਤੋਂ ਬਾਅਦ ਪਾਣੀ ਜਿਹੜਾ ਹੈਗਾ 1.25 ਗਲਾਸ ਤੋਂ ਜਦੋਂ 1/2 ਗਲਾਸ ਰਹਿ ਗਿਆ ਉਹਦੇ 'ਚ ਤੁਸੀਂ 1/2 ਗਲਾਸ ਦੁੱਧ ਪਾ ਸਕਦੇ ਉਹਨੂੰ ਸਵਾਦ ਬਣਾਉਣ ਵਾਸਤੇ। ਦੂਸਰਾ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ 5 ਇਲਾਇਚੀਆਂ ਪਾ ਦਿਓ, ਉਹਨੂੰ ਚੰਗੀ ਤਰ੍ਹਾਂ ਰਿੰਨ ਲਓ, 5-7 ਮਿੰਟ ਦੁਬਾਰਾ ਰਿੰਨੋਗੇ ਜਦੋਂ ਮਤਲਬ ਦੁੱਧ ਵਿੱਚ ਪਾਇਆ ਹੋਊ ਕਿਉਂਕਿ ਵਿੱਚ ਮਿਕਸ ਹੋਣਾ। ਅਤੇ ਉਹਦੇ ਵਿੱਚ ਤੁਸੀਂ ਨਾ ਤਕਰੀਬਨ ਸ਼ਹਿਦ ਤਕਰੀਬਨ ਤੁਹਾਨੂੰ ਆਸ ਪਾਸ ਮਿਲ ਜਾਂਦਾ,
ਪਰ ਅਸੀਂ ਜ਼ਿਆਦਾਤਰ ਮਤਲਬ ਨਾਗਾਰਜਨਾ ਕੰਪਨੀ ਦਾ ਯੂਜ਼ ਕਰਦੇ ਹਾਂ। ਇਹ ਤਕਰੀਬਨ ਬਹੁਤ ਹੀ ਵਧੀਆ ਢੰਗ ਦੇ ਨਾਲ ਕੁਦਰਤੀ ਮਧੂ ਮੱਖੀ ਤੋਂ ਤਿਆਰ ਹੋਇਆ ਹੁੰਦਾ। ਇੱਕ ਤਾਂ ਹੁੰਦਾ ਨਾ ਵੀ ਮਤਲਬ ਤਕਰੀਬਨ ਖੰਡ ਪਾ ਕੇ ਡੱਬਿਆਂ ਨਾਲ ਤਿਆਰ ਕੀਤਾ ਜਾਂਦਾ, ਇਹ ਉਹ ਨਹੀਂ ਹੈ। ਇਹ ਮਤਲਬ ਨੈਚੁਰਲੀ ਢੰਗ ਦੇ ਨਾਲ ਤਿਆਰ ਹੋਇਆ ਵਾ ਸ਼ਹਿਦ ਆ, ਜਿਹਦੇ ਨਾਲ ਬਹੁਤ ਵਧੀਆ ਅਸੀਂ ਬੈਨੀਫਿਟ ਪੇਸ਼ੈਂਟਾਂ 'ਤੇ ਲੈ ਰਹੇ ਹਾਂ। ਇਹਦਾ ਤਕਰੀਬਨ ਇੱਕ ਚਮਚਾ ਉਹਦੇ 'ਚ ਪਾ ਕੇ ਲੈ ਲਓ। ਹੁਣ ਕਈ ਇਨਸਾਨ ਸੋਚਣਗੇ ਵੀ ਗਰਮੀ ਤਾਂ ਪਹਿਲਾਂ ਹੀ ਸ਼ਹਿਦ ਗਰਮੀ ਕਰੂਗਾ, ਸ਼ਹਿਦ ਗਰਮੀ ਨਹੀਂ ਕਰਦਾ ਹੁੰਦਾ। ਸ਼ਹਿਦ ਦੇ ਨਾਲ ਜਿਹੜੇ ਤੁਹਾਡੀਆਂ ਰਗਾਂ ਬੈਠੀਆਂ ਨੇ ਇਹਨਾਂ ਦੇ ਵਿੱਚ ਖੁਸ਼ਕੀ ਪਈ ਆ, ਇਹ ਤਰੋਤੀ ਦਊਗਾ ਅਤੇ ਬਾਕੀ ਇਮਿਊਨਸ ਸਿਸਟਮ ਨੂੰ ਅਪ ਕਰਦਾ। ਇਹਦਾ ਬੈਨੀਫਿਟ ਇਹ ਹੈ ਸਭ ਤੋਂ ਵਧੀਆ। ਇਹਨਾਂ ਕੰਮ ਜੇ ਤੁਸੀਂ ਘਰੇ ਕਰਨ ਲੱਗ ਜਾਓ, ਤੁਹਾਡਾ ਗਲਾ ਮਤਲਬ ਜਿਹੜਾ ਬੈਠਿਆ ਡਿੱਗਿਆ, ਮਤਲਬ ਜਾਂ ਤੁਸੀਂ ਥੋੜ੍ਹੀ ਥਕਾਵਟ ਮਹਿਸੂਸ ਕਰਦੇ ਹੋ, ਤਾਂ ਗਲੋ ਦੇ ਮਤਲਬ ਤੁਸੀਂ ਜਿਹੜਾ ਹੈਗਾ ਥੋੜ੍ਹੀ ਗਲੋ ਲੈ ਲਓ। ਗਲੋ ਦੇ ਤਕਰੀਬਨ 2 ਗ੍ਰਾਮ 2.5 ਗ੍ਰਾਮ ਦੇ ਕਰੀਬ ਉਹਦੇ ਵੀ ਮਤਲਬ ਕੁੱਟ ਕੇ, ਜਿਵੇਂ ਤੁਸੀਂ ਮਲੱਠੀ ਪਾਉਣੀ ਆ ਉਹਦੇ ਪਾਣੀ 'ਚ ਪਾ ਕੇ ਤੁਸੀਂ ਬੋਇਲਿੰਗ ਕਰਕੇ ਲੈ ਸਕਦੇ ਹੋ ਨਾਲ, ਜਿਨ੍ਹਾਂ ਨੂੰ ਬੁਖਾਰ ਵਾਂਗੂ ਮਹਿਸੂਸ ਹੁੰਦਾ। ਇਹਦੇ ਨਾਲ ਫਿਰ ਸੈਲਸੁਲ ਵੀ ਨਹੀਂ ਘਟਦੀ। ਅੱਜ ਦੇ ਟਾਈਮ ਦੇ ਵਿੱਚ ਹੁਣ ਮੱਛਰ ਵਗੈਰਾ ਪੈਦਾ ਹੋ ਰਿਹਾ, ਮੱਛਰ ਲੜਨ ਦੇ ਨਾਲ ਕਿਸੇ ਨੂੰ ਮਲੇਰੀਆ, ਡੇਂਗੂ, ਚਿਕਨਗੁਣੀਆ, ਐਸਾ ਮਤਲਬ ਆਉਣ ਵਾਲੇ ਸਮੇਂ 'ਚ ਪੈਦਾ ਹੋਣ ਵਾਲੇ ਚਾਂਸ ਬਣਦੇ ਆ, ਕਿਉਂਕਿ ਅੱਗੇ ਵੀ ਆਪਾਂ ਦੇਖਦੇ ਹਾਂ ਹਰ ਵਾਰ ਇਸ ਸੀਜ਼ਨ ਆਉਂਦਾ। ਤਾਂ ਇਹਨਾਂ ਗੱਲਾਂ ਦੀ ਖਾਸ ਕਰਕੇ ਗੌਰ ਰੱਖੀ ਜਾਏ। ਇਹ ਤਾਂ ਸੀ ਆਪਾਂ ਮੁੱਢਲਾ ਮਤਲਬ ਫਰਜ਼ ਜਿਹੜਾ ਆਪਾਂ ਮਤਲਬ ਘਰੇ ਕਰ ਸਕਦੇ ਹਾਂ। ਇਹਦੇ ਨਾਲ ਨਾਲ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਵੀ ਗਲਾ ਬਹੁਤ ਜ਼ਿਆਦਾ ਖਰਾਦਿਆ ਗਿਆ, ਗਲੇ 'ਚ ਜ਼ਖਮ ਲੱਗਦੇ ਨੇ, ਉਹ ਕੀ ਕਾਰਨ ਆ? ਐਂਟੀਬਾਇਓਟਿਕ ਜ਼ਿਆਦਾ ਖਾਣ ਦੇ ਨਾਲ ਅੱਜ ਕੱਲ੍ਹ ਲਿਵਰ 'ਚ ਗਰਮੀ ਪੈ ਜਾਂਦੀ ਹੈ। ਮਤਲਬ ਜੇ ਤੁਹਾਨੂੰ ਜ਼ਿਆਦਾ ਦਿੱਕਤ ਆ ਤਾਂ ਡਾਕਟਰ ਦੀ ਰਾਏ ਨਾਲ, ਆਪਣੇ ਫੈਮਿਲੀ ਡਾਕਟਰ ਦੀ ਰਾਏ ਨਾਲ 2-4 ਦਿਨ ਐਂਟੀਬਾਇਓਟਿਕ ਲੈ ਸਕਦੇ ਹੋ। ਜ਼ਿਆਦਾ ਲੰਮਾ ਟਾਈਮ ਐਂਟੀਬਾਇਓਟਿਕ ਨਾ ਲੈ ਜਾਣ ਤਾਂ ਬਹੁਤ ਚੰਗੀ ਗੱਲ ਆ। ਜਿਹੜਾ ਇਹ ਆ ਤਕਰੀਬਨ ਹਲਦੀ ਸੱਤ ਤੁਸੀਂ ਦੇਖ ਰਹੇ ਹੋ ਧਨਵੰਤਰੀ ਕੰਪਨੀ ਦਾ, ਹਲਦੀ ਦੇ ਐਕਸਟ੍ਰੈਕਟਸ ਹੁੰਦੇ ਨੇ ਇਹ। ਮਤਲਬ ਤਕਰੀਬਨ ਇਹਦਾ ਰਿਜ਼ਲਟ ਅਸੀਂ ਬਹੁਤ ਵਧੀਆ ਦੇਖ ਰਹੇ ਹਾਂ। 25 ਡਰੋਪ ਦਿਨ ਦੇ ਵਿੱਚ 3 ਵਾਰ ਇਹ ਦੁੱਧ ਦੇ ਵਿੱਚ ਮਿਲਾ ਕੇ ਲੈ ਜਾਣ, ਜਿਵੇਂ ਤੁਹਾਨੂੰ ਦੁੱਧ ਦੱਸਿਆ ਇਹਦੇ ਵਿੱਚ ਮਿਲਾ ਕੇ ਲੈ ਜਾਣ, ਸਿੰਪਲ ਦੁੱਧ ਜਿਵੇਂ 1/2 ਗਲਾਸ ਪਾਣੀ ਦਾ ਦੁੱਧ ਉਹਦੇ ਵਿੱਚ 5-7 ਮਿੰਟ ਉਬਾਲ ਕੇ ਉਹਦੇ 'ਚ ਪਾ ਕੇ ਲੈ ਜਾਣ। ਮਤਲਬ ਇਹਦੇ ਨਾਲ ਅੰਦਰਲੇ ਜ਼ਖਮ ਜਿਵੇਂ ਜਿਵੇਂ ਮਤਲਬ ਬੰਦਾ ਵਰਦਾ ਜਾਂਦਾ ਬਿਲਕੁਲ ਠੀਕ ਹੋ ਜਾਂਦਾ, ਜ਼ਖਮ ਚਾਹੇ ਕਿਸੇ ਕਿਸਮ ਦੇ ਵੀ ਹੋਣ ਸਰੀਰ ਦੇ ਵਿੱਚ। ਇਹ ਵੈਸੇ ਵੀ ਇਮਿਊਨਸ ਸਿਸਟਮ ਨੂੰ ਅਪ ਕਰਦਾ। ਜਿਨ੍ਹਾਂ ਦਾ ਸਾਹ ਬਿਲਕੁਲ ਰੁਕਦਾ, ਰਾਤ ਨੂੰ ਸੁੱਤੇ ਪਿਆਂ ਦਾ ਦਮ ਰੁਕ ਜਾਂਦਾ, ਉਹਨਾਂ ਲਈ ਇਹ ਕੈਪਸੂਲ ਆ, ਰਿਸਪਾਇਰ ਨਾਂ ਦਾ ਕੈਪਸੂਲ ਆ। ਮਤਲਬ ਬਹੁਤ ਵਧੀਆ ਰਿਸਪੋਂਸੀਬਲ ਰਿਜ਼ਲਟ ਅਸੀਂ ਦੇਖ ਰਹੇ ਹਾਂ। ਇਹਦੇ 'ਚ ਇਨਹੇਲੇਸ਼ਨ ਦਾ ਕੰਮ ਕਰਦਾ, ਦੇਸੀ ਕੈਪਸੂਲ ਆ ਇਹ, ਇਹਦਾ ਕੋਈ ਸਾਈਡ ਇਫੈਕਟ ਨਹੀਂ ਕਿਸੇ ਵੀ ਕਿਸਮ ਦਾ। ਇਹਨੂੰ ਤੁਸੀਂ ਮਤਲਬ ਕੈਪਸੂਲ ਨੂੰ ਕੱਟ ਕਰਨਾ, ਕੱਟ ਮਤਲਬ ਜਿਵੇਂ ਕੈਂਚੀ ਲੈ ਕੇ ਇਹਦਾ ਮਤਲਬ ਆਹ ਹਿੱਸਾ ਜਿਹੜਾ ਇਹਨੂੰ ਕੱਟ ਕਰਕੇ ਇਹਦੇ 'ਚੋਂ ਕੈਂਚੀ ਨਾਲ ਕੱਟਿਆ ਜਾਂਦਾ। ਮਤਲਬ ਇਹਦੇ 'ਚ ਤੇਲ ਟਾਈਪ ਮਤਲਬ ਦਵਾਈ ਹੁੰਦੀ ਹੈ, ਜਿਹਨੂੰ ਤੁਸੀਂ ਆਪਣਾ ਸਟੀਮਰ ਆ, ਛੋਟਾ ਸਟੀਮਰ ਹੁੰਦਾ ਪਾਣੀ ਦੀ ਭਾਫ਼ ਦੇਣ ਵਾਲਾ, ਮੈਡੀਕਲ ਤੋਂ ਮਿਲ ਜਾਂਦਾ 250 ਰੁਪਏ ਦਾ, ਉਹਦੇ ਵਿੱਚ ਮਤਲਬ ਪਾ ਕੇ ਸਟੀਮ ਲੈ ਲੈਣੀ ਹੈ ਕੱਪੜਾ ਲੈ ਕੇ ਉੱਪਰ। ਜੇ ਤੁਸੀਂ ਰਾਤ ਨੂੰ ਸੌਣ ਵੇਲੇ ਇੱਕ ਵਾਰ ਸਟੀਮ ਲੈਂਦੇ ਹੋ ਤਾਂ ਰਾਤ ਨੂੰ ਨੱਕ ਜਿਹੜਾ ਰੁਕਦਾ ਉਹ ਬਿਲਕੁਲ ਰੁਕਣੋਂ ਬੰਦ ਹੋ ਜੂਗਾ। ਇਹਦੇ ਨਾਲ ਇੱਕ ਬਹੁਤਾ ਮਹਿੰਗਾ ਨਹੀਂ ਹੈ, 70 ਰੁਪਏ ਦਾ ਸਟੈਪ ਹੈ। ਅਤੇ ਬਾਕੀ ਜਿਨ੍ਹਾਂ ਨੂੰ ਖਾਂਸੀ ਬਹੁਤ ਜ਼ਿਆਦਾ ਆਉਂਦੀ ਹੈ, ਖਾਂਸੀ ਦੀਆਂ ਦਵਾਈਆਂ ਲੈ ਲੈ ਕੇ ਅੱਖ ਥੱਕ ਚੁੱਕੇ ਨੇ, ਅਤੇ ਐਲੋਪੈਥੀ ਦੀਆਂ ਦਵਾਈਆਂ ਦੇ ਨਾਲ ਨਸ਼ਾ ਹੋ ਜਾਂਦਾ, ਸੁਸਤੀ ਪੈ ਜਾਂਦੀ ਹੈ, ਇਹ ਸੁਸਤੀ ਨਹੀਂ ਪਾਊਗੀ। ਇਹ ਦਵਾਈ ਮਤਲਬ ਟਸਨੈਲ ਨਾਂ ਦੀ ਮੈਡੀਸਨ ਹੈ, ਇਹਦਾ ਰਿਜ਼ਲਟ ਅਸੀਂ ਦੇਖ ਰਹੇ ਹਾਂ। ਖੰਘ ਥੋੜ੍ਹੇ ਦਿਨਾਂ ਦੇ ਵਿੱਚ ਇਹਦੇ ਨਾਲ ਰੁਕ ਜਾਂਦੀ ਹੈ, ਕਈਆਂ ਨੂੰ ਤਾਂ ਬਹੁਤ ਥੋੜ੍ਹੀ ਹੁੰਦੀ ਹੈ, ਬਹੁਤ ਜਲਦੀ ਕੰਮ ਕਰਦੀ ਹੈ। ਅਤੇ ਇਹਦੀ ਵੀ ਕੀਮਤ ਬਹੁਤ ਹੀ ਨਹੀਂ ਹੈ, 120 ਰੁਪਏ ਦਾ ਹੈਗਾ। ਅਤੇ ਤਕਰੀਬਨ ਤੁਹਾਨੂੰ ਮੈਂ ਇਹ ਤਾਂ ਕਰਕੇ ਦੱਸ ਰਿਹਾ, ਤੁਸੀਂ ਇਹ ਜਿਹੜੇ ਅਜਮਾਏ ਹੋਏ ਨੁਸਖੇ ਸਾਡੇ ਕਲੀਨਿਕ 'ਚ ਅਸੀਂ ਯੂਜ਼ ਕਰ ਰਹੇ ਹਾਂ, ਅਸੀਂ ਉਹ ਤਾਂ ਦੱਸ ਰਹੇ ਹਾਂ ਵੀ ਉਹਨਾਂ ਦਾ ਅਸੀਂ ਰਿਜ਼ਲਟ ਦੇਖਿਆ ਹੈ। ਤੁਹਾਨੂੰ ਆਸ ਪਾਸ ਕਿਤੋਂ ਵੀ ਮਿਲਦਾ ਤੁਸੀਂ ਲੈ ਸਕਦੇ ਹੋ, ਨਹੀਂ ਮਿਲਦਾ ਸਾਨੂੰ ਦੱਸੋ, ਕੋਈ ਗੱਲ ਨਹੀਂ ਹੈ, ਅਸੀਂ ਤੁਹਾਨੂੰ ਉੱਥੋਂ ਭੇਜਦਾ ਕਰ ਦਾਂਗੇ। ਜਿੰਨਾ ਹੋ ਸਕੇ ਇਹਦੇ 'ਚ ਕਨਸੈਸ਼ਨ ਵੀ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਹਾਂ ਪੇਸ਼ੈਂਟਾਂ ਦੇ ਉੱਪਰ। ਅੱਛਾ, ਜਿਨ੍ਹਾਂ ਨੂੰ ਖੰਘ, ਖਾਂਸੀ, ਜ਼ੁਕਾਮ, ਰੇਸਾ, ਬਲਗਮ ਅਤੇ ਫਲੂ ਦੀ ਪ੍ਰੋਬਲਮ ਆ, ਉਹਨਾਂ ਦੇ ਲਈ ਇਹ ਕੋਲਡਨਾ ਸਿਰਪ ਹੈ। ਕੋਲਡਨਾ ਸਿਰਪ ਦਾ ਰਿਜ਼ਲਟ ਅਸੀਂ ਬਹੁਤ ਵਧੀਆ ਦੇਖਿਆ, ਮੱਚ ਬੈਟਰ ਰਿਜ਼ਲਟ ਇਹ ਕੋਲਡਨਾ ਸਿਰਪ ਦੇ ਰਿਹਾ ਸਾਨੂੰ। ਅਤੇ ਵਾਹਿਗੁਰੂ ਦੀ ਦਇਆ ਦੇ ਨਾਲ ਇਹਦੇ ਨਾਲ ਜ਼ੁਕਾਮ, ਰੇਸਾ, ਖੰਘ, ਖਾਂਸੀ, ਗਲੇ 'ਚ ਦਰਦ ਠੀਕ ਹੋ ਜਾਂਦਾ। ਹੁਣ ਸਾਹਿਬ ਤੁਸੀਂ ਸੋਚੋਗੇ ਵੀ ਇਹ ਸਾਰੀਆਂ ਦਵਾਈਆਂ ਡਾਕਟਰ ਕਿਉਂ ਦਿਖਾ ਰਿਹਾ, ਕਿਉਂਕਿ ਮੈਂ ਇਹਦੇ 'ਚ ਕੰਬੀਨੇਸ਼ਨ ਆ, ਇੱਕ ਦਵਾਈ ਕਈ ਵਾਰ ਕਈ ਮਰੀਜ਼ਾਂ ਨੂੰ ਕੰਮ ਨਹੀਂ ਕਰਦੀ, ਕੰਬੀਨੇਸ਼ਨ ਕਰਕੇ ਲਗਾਉਣੀ ਪੈਂਦੀ ਹੈ, ਜਿਹਦੇ ਨਾਲ ਫਿਰ ਬੈਨੀਫਿਟ ਛੇਤੀ ਮਿਲ ਜਾਂਦਾ। ਮਤਲਬ ਇਹ ਹੈ ਵੀ ਸਾਫ਼ ਸ਼ਬਦਾਂ ਦੇ ਵਿੱਚ, ਅੰਗਰੇਜ਼ੀ ਦਵਾਈਆਂ ਜਦੋਂ ਆਪਾਂ ਜ਼ਿਆਦਾ ਲੰਮਾ ਟਾਈਮ ਵਰਤਦੇ ਹਾਂ ਉਹ ਸਿਹਤ 'ਤੇ ਇੱਕ ਫਾਇਦਾ ਕਰਕੇ 2 ਨੁਕਸਾਨ ਵੀ ਕਰਦੀਆਂ ਨੇ। ਇਹ ਆਯੁਰਵੇਦ ਦਾ ਕੋਈ ਨੁਕਸਾਨ ਨਹੀਂ ਕਿਸੇ ਕਿਸਮ ਦਾ, ਇਹ ਤੁਸੀਂ ਆਸਾਨੀ ਨਾਲ ਲੈ ਸਕਦੇ ਹੋ। ਅਤੇ ਬਾਕੀ ਤੁਸੀਂ ਆਪਣੀ ਸਿਹਤ ਦਾ ਸੰਭਾਲ ਰੱਖੋ, ਪਰਿਵਾਰਕ ਮੈਂਬਰਾਂ ਦੀ ਸਿਹਤ ਦਾ ਸੰਭਾਲ ਰੱਖੋ। ਅੱਜ ਕੱਲ੍ਹ ਤੁਹਾਨੂੰ ਪਤਾ ਖਾਣ ਪਾਣ 'ਚ ਗੜਬੜ ਬਹੁਤ ਹੋ ਰਹੀ ਹੈ, ਅਤੇ ਖਿਆਲ ਰੱਖੋ ਵੀ ਇਹਨਾਂ ਦਿਨਾਂ ਦੇ ਵਿੱਚ ਥੰਧਿਆਈ ਵਾਲੀ ਚੀਜ਼, ਤਲੀ ਚੀਜ਼, ਦੇਸੀ ਘਿਓ, ਡਾਲਡਾ ਘਿਓ, ਰਿਫਾਇੰਡ, ਮਲਾਈ, ਮੱਖਣ ਇਹ ਘੱਟ ਕਰਦਾ ਜਾਏ, ਕਿਉਂਕਿ ਥੰਧਿਆਈ ਜ਼ਿਆਦਾ ਖਾਣ ਦੇ ਨਾਲ ਰੇਸਾ ਜ਼ਿਆਦਾ ਕੁਲੈਕਟ ਹੁੰਦਾ ਵੀ ਜਿਹੜੀ ਮਤਲਬ ਗਰਦ, ਧੂੜ, ਧਨ, ਮਿੱਟੀ ਜਿਹੜੀ ਉੱਡਦੀ ਆ ਉਹ ਫਿਰ ਜੋ ਥੰਧਿਆਈ ਜ਼ਿਆਦਾ ਖਾਧੀ ਹੁੰਦੀ ਹੈ, ਇੱਥੇ ਰੇਸਾ ਬਣ ਜਾਂਦਾ, ਉਹ ਚਿਪਕਦਾ ਜ਼ਿਆਦਾ ਫਿਰ ਗਲੇ 'ਚ, ਉਹ ਫਿਰ ਤੰਗ ਕਰਦਾ, ਉਹਦੇ ਨਾਲ ਆਵਾਜ਼ ਵੀ ਘੱਗੀ ਨਿਕਲਦੀ ਆ। ਠੀਕ ਆ, ਇਹ ਗੱਲਾਂ ਦੀ ਗੌਰ ਕਰੋ। ਬਾਕੀ ਤਾਂ ਤਕਰੀਬਨ
ਵਿਕਸ ਦੀਆਂ ਗੋਲੀਆਂ ਲੈ ਕੇ ਚੂਸ ਲਈਆਂ ਜਾਣ ਅਤੇ ਬਾਕੀ ਖਾਣ ਪਾਣ ਦਾ ਗੌਰ ਰੱਖ ਲਈ ਜਾਏ, ਬਸ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ। ਅਤੇ ਸ਼ਹਿਦ ਵਗੈਰਾ ਪਾ ਕੇ ਜਿਵੇਂ ਤੁਹਾਨੂੰ ਦੱਸਿਆ ਉੱਦਾਂ ਯੂਜ਼ ਕਰ ਲਓ, ਇਹ ਮੁੱਢਲੀ ਸਹੂਲਤ ਆ ਅਤੇ ਇਹਦੇ ਨਾਲ ਹੀ ਕਾਫੀ ਫਰਕ ਰਹਿੰਦਾ। ਜੇ ਮਤਲਬ ਤੁਹਾਨੂੰ ਜ਼ਿਆਦਾ ਦਿੱਕਤ ਆ ਤਾਂ ਜਿਹੜੀਆਂ ਤੁਹਾਨੂੰ ਦਵਾਈਆਂ ਦੱਸੀਆਂ ਨੇ ਇਹ ਤੁਸੀਂ ਵਰਤ ਸਕਦੇ ਹੋ, ਜੇ ਤੁਹਾਨੂੰ ਇਹ ਕਿਸੇ ਪਾਸੇ ਮਿਲਦੀਆਂ ਠੀਕ ਹੈ, ਨਹੀਂ ਮਿਲਦੀਆਂ ਸਾਨੂੰ ਸਾਡੇ ਨੰਬਰ 'ਤੇ ਸੰਪਰਕ ਕਰੋ, ਆਪਣਾ ਐਡਰੈਸ ਦੱਸੋ, ਅਸੀਂ ਤੁਹਾਨੂੰ ਭੇਜ ਦੀਆਂ ਕਰ ਦਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ। ਸਤਿ ਸ਼੍ਰੀ ਅਕਾਲ ਜੀ।